ਹੁਣ ਜਿਹੜਾ ਨੁਕਤਾ ਮੈਂ ਬਿਆਨ ਕਰਨ ਲੱਗਾ ਉਸਨੂੰ ਬੜੇ ਧਿਆਨ ਨਾਲ ਸੁਣਨਾ। ਦੇਣ ਵਾਲਿਆਂ ਦਾ ਇਤਿਹਾਸ ਹੈ, ਖੋਣ ਵਾਲਿਆਂ ਦਾ ਇਤਿਹਾਸ ਹੈ। ਇਹ ਦੇਣ ਵਾਲੇ ਤਿੰਨ ਤਰ੍ਹਾਂ ਦੇ ਆਉਂਦੇ ਨੇ, ਭਗਤ, ਸੂਰਬੀਰ ਅਤੇ ਦਾਨੀ। ਖੋਣ ਵਾਲੇ ਵੀ ਤਿੰਨ ਤਰ੍ਹਾਂ ਦੇ ਆਉਂਦੇ ਨੇ, ਡਕੈਤ, ਕਾਤਲ ਅਤੇ ਦੁਰਾਚਾਰੀ। ਐਸਾ ਦੇਖਿਆ ਗਿਆ ਤਿੰਨੇ ਹੀ ਔਗਣ ਇੱਕੋ ਹੀ ਮਨੁੱਖ ਦੇ ਸਨ। ਉਸਨੇ ਜਾਨ ਵੀ ਖੋ ਲਈ, ਉਸਨੇ ਇੱਜ਼ਤ ਵੀ ਲੁੱਟ ਲਈ, ਉਸਨੇ ਧਨ ਵੀ ਲੁੱਟ ਲਏ। ਇੱਕੋ ਹੀ ਮਨੁੱਖ, ਇਹ ਕਾਤਲ ਵੀ ਸੀ, ਇਹ ਡਕੈਤ ਵੀ ਸੀ, ਇਹ ਦੁਰਾਚਾਰੀ ਵੀ ਸੀ। ਤਿੰਨੇ ਔਗਣ ਇੱਕੋ ਮਨੁੱਖ ਦੇ 'ਚ ਦੇਖੇ ਗਏ ਨੇ। ਸੰਸਾਰ ਦੇ ਇਤਿਹਾਸ ਦੇ 'ਚ ਖਲਾ ਮੌਜੂਦ ਸੀ, ਤਿੰਨੇ ਗੁਣ ਕਿਸੇ ਇੱਕ ਮਨੁੱਖ ਦੇ 'ਚ ਨਹੀਂ ਸਨ। ਉਹ ਸੂਰਬੀਰ ਵੀ ਹੋਵੇ, ਉਹ ਭਗਤ ਵੀ ਹੋਵੇ ਅਤੇ ਉਹ ਦਾਨੀ ਵੀ ਹੋਵੇ। ਸੰਸਾਰ ਦੇ ਇਤਿਹਾਸ ਦੇ 'ਚ ਇਹ ਖਲਾ ਮੌਜੂਦ ਸੀ, ਖਾਲੀਪਣ ਮੌਜੂਦ ਸੀ। ਇਸ ਖਾਲੀਪਣ ਨੂੰ ਜਿਸ ਨੇ ਭਰਿਆ, ਉਸੇ ਦਾ ਨਾਂ ਹੈ ਧੰਨ ਗੁਰੂ ਗੋਬਿੰਦ ਸਿੰਘ। ਧੰਨ ਗੁਰੂ ਗੋਬਿੰਦ ਸਿੰਘ। ਉਹ ਭਗਤ ਐਸਾ ਹੈ, ਅਗਰ ਅੰਮ੍ਰਿਤ ਵੇਲਾ ਹੋ ਗਿਆ, ਭਾਵੇਂ ਗੋਲੀਆਂ ਦੀ ਬਾਰਿਸ਼ ਹੋ ਰਹੀ ਹੋਵੇ ਤਾਂ ਵੀ ਉਹਦੀ ਸਮਾਧੀ ਲੱਗ ਜਾਂਦੀ, ਰੱਬ ਨਾਲ ਸੁਰਤ ਜੁੜ ਜਾਂਦੀ। ਉਹ ਸੂਰਬੀਰ ਐਸਾ ਹੈ, ਭਾਵੇਂ ਲੱਖਾਂ ਦਾ ਘੇਰਾ ਪੈ ਜਾਏ ਤਾਂ ਵੀ ਹੌਸਲਾ ਨਹੀਂ ਹਾਰਦਾ। ਹੌਸਲੇ ਦੀ ਗੱਲ ਮੈਂ ਤੁਹਾਡੇ ਸਾਹਮਣੇ ਰੱਖਾਂ। ਮਾਲਵੇ ਦੀ ਧਰਤੀ ਦੇ 'ਚ ਜਦ ਔਰੰਗਜ਼ੇਬ ਦੇ ਤਿੰਨ ਅਹਿਲਕਾਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮਿਲੇ ਨੇ, ਇਹ ਨੇਕ ਨੀਅਤ ਵਾਲੇ ਸਨ। ਇਹਨਾਂ ਨੇ ਆਲੇ ਦੁਆਲੇ ਬੰਦੇ ਭੇਜੇ ਹੋਏ ਸਨ, ਸਤਿਗੁਰ ਦੀ ਖੋਜ ਕਰੋ। ਔਰੰਗਜ਼ੇਬ ਦੇ ਬਾਕੀ ਅਹਿਲਕਾਰ ਵੀ ਲੱਭ ਰਹੇ ਸਨ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਨੰਦਪੁਰ ਸਾਹਿਬ ਤੋਂ ਜਦ ਚਲੇ ਨੇ, ਸੁਮੇ ਲੱਭ ਰਹੇ ਸਨ। ਇਹ ਤਿੰਨ ਵੀ ਲੱਭ ਰਹੇ ਸਨ, ਪਰ ਇਹ ਨੇਕ ਨੀਅਤ ਰੱਖਦੇ ਸਨ ਬਿਟੰਡੇ ਦੇ ਕੋਲੋਂ। ਇਹਨਾਂ ਨੂੰ ਇਹਨਾਂ ਦੇ ਅਹਿਲਕਾਰਾਂ ਨੇ ਦੱਸ ਦਿੱਤਾ ਵੀ ਸਤਿਗੁਰ ਉਸ ਧਰਤੀ ਤੋਂ ਲੰਘ ਕੇ ਔਰ ਇਸ ਰਸਤੇ ਦੇ ਰਾਹੀਂ ਸ਼ਾਇਦ ਰਾਜਸਥਾਨ ਜਾਣ। ਇਹ ਤਿੰਨੇ ਅਹਿਲਕਾਰ ਮਿਲੇ ਨੇ। ਇਹਨਾਂ ਨੇ ਪਹਿਲੇ ਇਸਲਾਮੀ ਢੰਗ ਨਾਲ ਸਤਿਗੁਰ ਨੂੰ ਸਲਾਮ ਕੀਤੀ ਹੈ ਔਰ ਆਖਿਆ, ਮਹਾਰਾਜ ਸਾਡੀ ਅਕੀਦਤ ਹੈ, ਅਕੀਦਤ ਕਹਿੰਦੇ ਨੇ ਸ਼ਰਧਾ ਨੂੰ, ਅਸੀਂ ਤੁਹਾਡੇ ਵਿੱਚ ਅਕੀਦਤ ਰੱਖਦੇ ਹਾਂ, ਸ਼ਰਧਾ ਰੱਖਦੇ ਹਾਂ, ਸਾਡੇ 'ਤੇ ਸ਼ੱਕ ਨਾ ਕਰਨਾ, ਸਾਡਾ ਸਲਾਮ ਵਾਕਈ ਸਲਾਮ ਹੈ, ਸਾਡੀ ਅਕੀਦਤ ਹੈ, ਸਾਡੀ ਸ਼ਰਧਾ ਹੈ। ਅਸੀਂ ਚਾਹੁੰਦੇ ਹਾਂ ਸੁਲਾ ਹੋ ਜਾਏ, ਬਹੁਤ ਖੂਨ ਖਰਾਬਾ ਹੋ ਗਿਆ, ਹੁਣ ਹੋਰ ਨਾ ਹੋਵੇ। ਸਤਿਗੁਰ ਕਹਿੰਦੇ ਨੇ ਅੰਦਰ ਹਰ ਵਕਤ ਹੀ ਸੁਲਾ ਹੀ ਸੁਲਾ ਹੈ, ਕਰੋ। ਪਤਾ ਉਹ ਤਿੰਨ ਕੀ ਕਹਿਣ ਲੱਗੇ, ਮਹਾਰਾਜ ਤੁਸੀਂ ਹਾਰ ਮੰਨ ਲਓ, ਅਸੀਂ ਸੁਲਾ ਕਰਾ ਦਿੰਦੇ। ਸਤਿਗੁਰ ਕਹਿੰਦੇ ਨੇ ਇਹ ਨਹੀਂ ਹੋ ਸਕਦਾ। ਹੁਣ ਪਤਾ ਉਹ ਤਿੰਨੇ ਕੀ ਕਹਿੰਦੇ ਨੇ, ਹਾਰ ਤੇ ਹੋ ਗਈ ਹੈ, ਤੁਹਾਡੇ ਸਾਰੇ ਕਿਲੇ ਢਾਹ ਦਿੱਤੇ ਗਏ ਨੇ, ਤੁਹਾਡੀ ਸਾਰੀ ਫੌਜ ਮਾਰ ਦਿੱਤੀ ਗਈ ਹੈ, ਤੁਹਾਡੇ ਨਾਲ ਇੱਕ ਸਿੰਘ ਵੀ ਇਸ ਵਕਤ ਨਹੀਂ, ਤੁਹਾਡੇ ਕੋਲ ਤੁਹਾਡਾ ਘੋੜਾ ਵੀ ਨਹੀਂ ਹੈ, ਤੁਹਾਡੇ ਕੋਲ ਇਸ ਵਕਤ ਤੁਹਾਡੀ ਤਲਵਾਰ ਵੀ ਨਹੀਂ ਹੈ।
ਔਰ ਸਾਨੂੰ ਜਿੱਥੇ ਤੱਕ ਪਤਾ ਚੱਲਿਆ ਤੁਸੀਂ 2 ਦਿਨ ਦਾ ਭੋਜਨ ਵੀ ਨਹੀਂ ਛਕਿਆ, ਤੁਹਾਡੇ ਪੇਟ ਦੇ 'ਚ ਅੰਨ ਵੀ ਨਹੀਂ ਹੈ, ਤੁਹਾਡੀ ਜੇਬ ਦੇ 'ਚ ਧਨ ਵੀ ਨਹੀਂ ਹੈ, ਤੁਹਾਡੇ ਨਾਲ ਕੋਈ ਸਾਥੀ ਵੀ ਨਹੀਂ ਹੈ, ਜਦ ਕੁਛ ਵੀ ਨਹੀਂ ਹੈ ਅਤੇ ਹਾਰ ਦੀਆਂ ਸਾਰੀਆਂ ਨਿਸ਼ਾਨੀਆਂ ਮੌਜੂਦ ਨੇ, ਤੁਸੀਂ ਸੰਤ ਹੋ ਅਤੇ ਸੰਤ ਨੂੰ ਸੱਚਾਈ ਕਬੂਲ ਕਰ ਲੈਣੀ ਚਾਹੀਦੀ ਹੈ, ਹਾਰ ਹੋ ਗਈ ਹੈ, ਤੁਸੀਂ ਕਬੂਲ ਕਰ ਲਓ, ਅਸੀਂ ਸੁਲਾਹ ਕਰਾ ਦਿੰਦੇ। ਮਹਾਰਾਜ ਕਹਿੰਦੇ ਨੇ ਹਾਰ ਹੋ ਜਾਣੀ ਹੋਰ ਗੱਲ ਹੈ, ਹਾਰ ਮੰਨ ਲੈਣੀ ਹੋਰ ਗੱਲ ਹੈ, ਅਤੇ ਦੂਸਰਾ ਤੁਸੀਂ ਇਹ ਵੀ ਬਾਰ ਬਾਰ ਨਾ ਆਖੋ ਮੇਰੇ ਕੋਲ ਕੁਛ ਨਹੀਂ, ਕੁਛ ਨਹੀਂ ਹੈ, ਕੁਛ ਹੈ। ਇਹ ਤਿੰਨੇ ਥੋੜ੍ਹੇ ਜਿਹਾ ਠਿਟਕੇ ਨੇ ਹੈ, ਫਿਰ ਵੀ ਵਿੱਚੋਂ ਇੱਕ ਨੇ ਕਿਹਾ ਮਹਾਰਾਜ ਤੁਹਾਡੇ ਹੱਥ ਦੇ 'ਚ ਮਾਲਾ ਚੰਗੀ ਲੱਗਦੀ ਹੈ, ਤੁਹਾਡੇ ਹੱਥ ਦੇ 'ਚ ਤਸਬੀ ਚੰਗੀ ਲੱਗਦੀ ਹੈ, ਤੁਹਾਡੇ ਹੱਥ ਦੇ 'ਚ ਤਲਵਾਰ ਚੰਗੀ ਨਹੀਂ ਲੱਗਦੀ। ਹੁਣ ਜੋ ਕੁਛ ਸਤਿਗੁਰੂ ਕਹਿੰਦੇ ਨੇ, ਮੈਂ ਸਤਿਗੁਰਾਂ ਦੀ ਬੋਲ ਤੁਹਾਡੇ ਸਾਹਮਣੇ ਰੱਖਾਂ। ਸ੍ਰੀ ਮੁਖਵਾਗ ਪਾਤਸ਼ਾਹੀ 10ਵੀਂ ਜ਼ਫਰਨਾਮਾ। ਮਹਾਰਾਜ ਕਹਿੰਦੇ ਨੇ ਬਾਲਾ ਚਾਰ ਗਈ ਦਰਮਿਆਂ ਆਮਦਮ, ਬ ਤਦਬੀਰੋ ਤੀਰੋ ਤੁਫੰਗ ਆਮਦਮ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਰਬੀ, ਫਾਰਸੀ ਅਤੇ ਸੰਸਕ੍ਰਿਤ ਦੇ ਮਹਾਂਪੰਡਿਤ ਸਨ। ਜਾਪ ਸਾਹਿਬ ਤਿੰਨਾਂ ਭਾਸ਼ਾਵਾਂ ਦਾ ਸੰਗਮ ਹੈ, ਇਸ ਵਾਸਤੇ ਜਾਪ ਸਾਹਿਬ ਔਖੀ ਬਾਣੀ ਹੈ, ਅਰਬੀ ਫਾਰਸੀ ਸੰਸਕ੍ਰਿਤ ਦਾ ਸੰਗਮ ਹੈ, ਇੱਕੋ ਇੱਕ ਪੰਕਤੀ 'ਚ ਤਿੰਨੇ ਭਾਸ਼ਾਵਾਂ ਆ ਜਾਣਗੀਆਂ, ਔਖਾ ਹੈ। ਬਲਾ ਚਾਰ ਗਈ ਦਰਮਿਆ ਆਮਦਮ, ਬ ਤਦਬੀਰੋ ਤੀਰੋ ਤੁਫੰਗ ਆਮਦਮ। ਇਹ ਔਰੰਗਜ਼ੇਬ ਦੇ ਅਹਿਲਕਾਰੋ ਸੁਣ ਲਓ, ਮੈਂ ਲਾਚਾਰ ਹੋ ਕੇ ਤਲਵਾਰ ਚੁੱਕੀ ਹੈ ਖੁਸ਼ੀ ਨਾਲ ਨਹੀਂ, ਤਲਵਾਰ ਚੁੱਕਣਾ ਮੇਰੀ ਖੁਸ਼ੀ ਨਹੀਂ ਹੈ, ਰੱਬ ਨਾਲ ਜੁੜਨਾ ਅਤੇ ਜਗਤ ਨੂੰ ਜੋੜਨਾ ਮੇਰੀ ਖੁਸ਼ੀ ਹੈ, ਤਲਵਾਰ ਚੁੱਕਣਾ ਮੇਰੀ ਮਜਬੂਰੀ ਹੈ, ਮਜਬੂਰੀ ਹੈ। ਕੀ ਮਜਬੂਰੀ ਹੈ? ਦੂਸਰੀ ਪੰਕਤੀ 'ਚ ਦੱਸਦੇ ਨੇ ਸਤਿਗੁਰੂ, ਕੋਈ ਜ਼ਾਲਮ ਚੱਲਦੇ ਆ ਆਪਣੇ ਪੈਰਾਂ ਦੇ ਥੱਲੇ, ਮਜ਼ਲੂਮ ਨੂੰ, ਕਮਜ਼ੋਰ ਨੂੰ, ਦੇਸ਼ ਨੂੰ ਅਤੇ ਦੇਸ਼ ਦੀ ਸੰਸਕ੍ਰਿਤੀ ਨੂੰ ਮਿਟਾਵੇ, ਮਿਟਾਵੇ। ਇੱਕ ਮਜ਼ਹਬ ਦਾ ਤਾਂ ਕੰਮ ਹੀ ਰਿਹਾ, ਸਾਰਾ ਅਫਗਾਨਿਸਤਾਨ ਬੋਧੀ ਸੀ, ਅੱਜ ਨਹੀਂ ਹੈ, ਬੁੱਧਿਸਟ ਸੀ। ਉਜ਼ਬੇਕਿਸਤਾਨ, ਤੁਰਕਮੇਨਿਸਤਾਨ, ਈਰਾਨ, ਸਾਰੇ ਦਾ ਸਾਰਾ ਆਰੀਆ ਸੀ, ਹਿੰਦੂ ਸੀ, ਅੱਜ ਨਹੀਂ ਹੈ। ਇੰਡੋਨੇਸ਼ੀਆ, ਸਾਰੇ ਦਾ ਸਾਰਾ ਹਿੰਦੂ ਸੀ, ਅੱਜ ਨਹੀਂ ਹੈ। ਇਸ ਸੰਬੰਧ 'ਚ ਵੀ ਕਵੀ ਸੰਤੋਖ ਸਿੰਘ ਨੇ ਜੋ ਕੁਝ ਕਿਹਾ ਉਹ ਵੀ ਮੈਂ ਤੁਹਾਡੇ ਸਾਹਮਣੇ ਰੱਖਾਂਗਾ, ਮੁਖਤਸਰ ਮੈਂ ਅਰਜ਼ ਕਰਾਂ। ਮਹਾਰਾਜ ਕਹਿੰਦੇ ਨੇ ਕੋਈ ਜ਼ਾਲਮ ਆਪਣੇ ਪੈਰਾਂ ਦੇ ਤਲੇ ਦੇਸ਼ ਦਾ ਧਰਮ, ਦੇਸ਼ ਦੀ ਸੰਸਕ੍ਰਿਤੀ ਅਤੇ ਮਜ਼ਲੂਮਾਂ ਨੂੰ ਲਿਤਾੜੇ, ਮੈਂ ਹੱਥ ਜੋੜ ਕੇ ਉਹਦੇ ਪੈਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗਾ, ਵੀ ਆਪਣੇ ਪੈਰ ਰੋਕ, ਤੇਰੇ ਕਦਮਾਂ ਦੇ ਥੱਲੇ ਦੇਸ਼ ਦੀ ਸੰਸਕ੍ਰਿਤੀ, ਦੇਸ਼ ਦਾ ਧਰਮ ਔਰ ਮਜ਼ਲੂਮ ਲਿਤਾੜੇ ਜਾਂਦੇ, ਤੂੰ ਆਪਣੇ ਕਦਮ ਰੋਕ। ਜੇ ਉਹ ਆਪਣੇ ਕਦਮ ਨਹੀਂ ਰੋਕਦਾ, ਮਹਾਰਾਜ ਕਹਿੰਦੇ ਨੇ ਉਹਦੇ ਕਦਮਾਂ ਨੂੰ ਤੋੜ ਕੇ ਉਹਨੂੰ ਰੋਕਣਾ ਮੈਂ ਆਪਣਾ ਧਰਮ ਸਮਝਦਾ, ਮੈਂ ਆਪਣਾ ਧਰਮ ਸਮਝਦਾ। ਚੂੰਕਾਰਜ਼ ਹਮਾ ਹੀਰ ਤੇ ਦਰਗੁਯਸਤ, ਹਲਾਲ ਅਸਤ ਬੁਰਦਮ ਬ ਸ਼ਮਸ਼ੀਰ ਦਸਤ। ਬੜੇ ਕੀਮਤੀ ਬੋਲ, ਹਲਾਲ ਹੈ, ਜਾਇਜ਼ ਹੈ ਉਸ ਵਕਤ ਤਲਵਾਰ ਚੁੱਕ ਲੈਣੀ ਅਤੇ ਜ਼ਾਲਮ ਦੇ ਕਦਮਾਂ ਨੂੰ ਰੋਕਣਾ।
ਪਰ ਪਤਾ ਅਹਿਲਕਾਰ ਬੜੇ ਸਿਆਣੇ ਸਨ ਮਹਾਰਾਜ, ਹੁਣ ਤੇ ਤਲਵਾਰ ਵੀ ਕੋਈ ਨਹੀਂ ਤੁਹਾਡੇ ਕੋਲ ਨਹੀਂ ਹੈ। ਹੁਣ ਬਿਹਤਰ ਹੋਵੇਗਾ ਜਦ ਹੈ ਹੀ ਨਹੀਂ ਕੁਛ, ਹਾਰ ਮੰਨ ਲਓ, ਹਾਰ ਮੰਨ ਲਓ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਗਰਾ ਵੇਖੋ। ਮਹਾਰਾਜ ਕਹਿੰਦੇ ਨੇ ਬਾਰ ਬਾਰ ਇਹ ਨਾ ਆਖੋ ਮੇਰੇ ਕੋਲ ਕੁਛ ਨਹੀਂ ਹੈ, ਕੁਛ ਨਹੀਂ ਹੈ, ਕੀ ਹੈ? ਤਾਂ ਹੁਣ ਬੜੇ ਧਿਆਨ ਨਾਲ ਸੁਣਨਾ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼। ਠੀਕ ਹੈ, ਮੇਰੇ ਕੋਲ ਫੌਜ ਨਹੀਂ ਹੈ, ਮੇਰੇ ਕੋਲ ਮਹਿਲ ਵੀ ਨਹੀਂ ਰਹੇ, ਮੇਰੇ ਕੋਲ ਕਿਲੇ ਵੀ ਨਹੀਂ, ਮੇਰੇ ਕੋਲ ਧਨ ਵੀ ਨਹੀਂ, ਮੇਰੇ ਕੋਲ ਫੌਜ ਵੀ ਨਹੀਂ, ਮੇਰੇ ਕੋਲ ਮੇਰੇ ਸਿੰਘ ਵੀ ਨਹੀਂ ਰਹੇ, ਮੇਰੇ ਕੋਲ ਮੇਰਾ ਪਰਿਵਾਰ ਵੀ ਨਹੀਂ ਰਹੇ। ਕਬੂਲ ਹੈ, ਮੈਂ ਤਸਲੀਮ ਕਰਦਾ। ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਇਹ ਤਾਂ ਸਭ ਕੁਛ ਮੇਰੇ ਕੋਲ ਨਹੀਂ ਹੈ, ਮੈਂ ਕਬੂਲ ਕਰਦਾ ਨਹੀਂ ਹੈ। ਲੇਕਿਨ ਇਹ ਨਹੀਂ ਮੈਂ ਕਬੂਲ ਕਰਦਾ ਮੇਰੇ ਕੋਲ ਕੁਛ ਵੀ ਨਹੀਂ ਹੈ, ਕੀ ਹੈ ਤੁਹਾਡੇ ਕੋਲ? ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਣ ਦਈ ਐਸ਼ ਵਰਸ਼। ਮੇਰੇ ਹਿਰਦੇ 'ਚ ਖੁਦਾ ਬੈਠਾ ਹੈ, ਜਿਤਨੇ ਚਿਰ ਤੱਕ ਖੁਦਾ ਦਾ ਨੂਰ ਮੇਰੇ ਹਿਰਦੇ 'ਚ ਬੈਠਾ ਹੈ ਮੈਂ ਹਾਰ ਨਹੀਂ ਮੰਨ ਸਕਦਾ, ਇਹ ਤਾਂ ਖੁਦਾ ਦੀ ਹਾਰ ਹੋ ਜਾਏਗੀ, ਮੈਂ ਨਹੀਂ ਮੰਨ ਸਕਦਾ। ਮੇਰਾ ਖੁਦਾ ਮੇਰੇ ਨਾਲ ਹੈ। ਹੁਣ ਧਿਆਨ ਦੇਣਾ, ਉਹਨਾਂ ਅਹਿਲਕਾਰਾਂ ਨੇ ਸਿਆਣਪ ਵਰਤੀ, ਤੁਸੀਂ ਸਾਨੂੰ ਇਤਨਾ ਹੀ ਲਿਖ ਕੇ ਦੇ ਦਿਓ, ਮੇਰੇ ਚਾਰ ਬੱਚੇ ਮਾਰ ਦਿੱਤੇ ਗਏ ਨੇ, ਅਸੀਂ ਇਸ ਨੂੰ ਆਧਾਰ ਬਣਾ ਕੇ ਸੁਲਾ ਸਫਾਈ ਦਾ ਰਸਤਾ ਲੱਭਦੇ ਹਾਂ। ਹੁਣ ਸਤਿਗੁਰਾਂ ਨੇ ਜੋ ਅਹਿਲਕਾਰਾਂ ਨੂੰ ਕਿਹਾ ਅਤੇ ਔਰੰਗਜ਼ੇਬ ਨੂੰ ਲਿਖ ਕੇ ਭੇਜਿਆ, ਧਿਆਨ ਨਾਲ ਸੁਣਨਾ। ਸਤਿਗੁਰ ਕਹਿੰਦੇ ਨੇ ਚਾਹ ਸ਼ੁੱਧ ਕੇ ਚੋਂ ਬੱਚ ਗਾਂ ਕੁਛਤਾ ਚਾਹ। ਕੀ ਹੋਇਆ? ਤੁਸੀਂ ਮੇਰੇ ਚਾਰ ਬੱਚੇ ਮਾਰ ਦਿੱਤੇ, ਕੀ ਹੋਇਆ? ਚਾਹ ਸ਼ੁੱਧ ਕੇ ਚੋਂ ਬੱਚ ਗਾਂ ਕੁਛਤਾ ਚਾਰ, ਇਹ ਸਤਿਗੁਰਾਂ ਦੀ ਆਪਣੀ ਬਾਣੀ ਹੈ, ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਜ਼ਫਰਨਾਮਾ। ਚਾਹ ਸ਼ੁੱਧ ਕੇ ਚੋਂ ਬੱਚ ਗਾਂ ਕੁਛਤਾ ਚਾਰ, ਕਿ ਬਾਕੀ ਬਮਾਂ ਦਸਤ ਪੇਚੀਦਾ ਮਾਰ, ਅਜੇ ਪੇਚੀਦਾ ਸੱਪ ਮੌਜੂਦ ਹੈ। ਪਤਾ ਸੱਪ ਕਿਉਂ ਕਹਿੰਦੇ ਨੇ? ਉਹਨਾਂ ਦਿਨਾਂ 'ਚ ਮੁਗਲ ਸਿੱਖਾਂ ਨੂੰ ਸੱਪ ਹੀ ਕਹਿੰਦੇ ਸਨ। ਇਹ ਮਾਰ ਮੀ ਰਫਤੀ, ਇਹ ਮਾਰ ਮੀ ਆਮਦ, ਇਹ ਸੱਪ ਆ ਰਿਹਾ, ਇਹ ਸੱਪ ਜਾ ਰਿਹਾ। ਸਿੱਖ ਨੂੰ ਸਿੱਖ ਨਹੀਂ ਕਹਿੰਦੇ ਸਨ, ਮਾਰ ਕਹਿੰਦੇ ਸਨ। ਮਹਾਰਾਜ ਕਹਿੰਦੇ ਨੇ ਅਸੀਂ ਜ਼ਾਲਮ ਦੇ ਲਈ, ਦੁਸ਼ਟ ਦੇ ਲਈ ਜ਼ਹਿਰ ਹਾਂ, ਅਸੀਂ ਮਜ਼ਲੂਮ ਦੇ ਲਈ, ਅਸੀਂ ਦੇਸ਼ ਦੇ ਲਈ ਅੰਮ੍ਰਿਤ ਹਾਂ। ਅਸੀਂ ਅੰਮ੍ਰਿਤ ਵੀ ਹਾਂ, ਅਸੀਂ ਜ਼ਹਿਰ ਵੀ ਹਾਂ। ਚਾਹ ਸ਼ੁੱਧ ਕੇ ਚੋਂ ਬੱਚੇ ਗਾਂ ਕੁਛਤਾ ਚਾਰ, ਕਿ ਬਾਕੀ ਬਮਾਂ ਦਸਤ ਪੇਚੀ ਦਾ ਮਾਰ, ਚੇ ਮਰਦੀ ਕੇ ਅਫਗਰ ਖਾਮੋਸ਼ਾਂ ਕੋ ਨੇ, ਕਿ ਆਤਿਸ਼ ਦਾ ਮਾਰਾਂ ਫਿਰੋਜ਼ਾਂ ਕੋ ਨੇ। ਸਤਿਗੁਰ ਦਾ ਹੌਸਲਾ ਦੇਖੋ, ਕੀ ਹੋਇਆ? ਔਰੰਗਜ਼ੇਬ ਅਤੇ ਉਹਦੇ ਅਹਿਲਕਾਰੋ ਸੁਣ ਲਓ, ਤੁਸੀਂ ਮੇਰੇ ਚਾਰ ਬੱਚੇ ਮਾਰ ਦਿੱਤੇ। ਇਹ ਤਾਂ ਚਾਰ ਚਿਨਗਾਰੀਆਂ ਬੁਝਾਈਆਂ ਨੇ ਸ਼ੋਲੇ 'ਤੇ, ਭੜਕ ਉੱਠੇ ਤੇ ਇਹ ਸ਼ੋਲੇ ਤੁਹਾਨੂੰ ਜਲਾ ਕੇ ਰੱਖ ਦੇਣਗੇ। ਅਹਿਲਕਾਰਾਂ ਨੇ ਅਦਕੀ ਹੱਥ ਜੋੜੇ ਨੇ ਅਤੇ ਸਜਦਾ ਵੀ ਕੀਤਾ ਹੈ। ਮਹਾਰਾਜ ਇੱਕ ਆਖਰੀ ਵਚਨ, ਉਹ ਇਹ, ਤੁਸੀਂ ਇਤਨਾ ਹੀ ਸਾਨੂੰ ਲਿਖ ਕੇ ਦੇ ਦਿਓ, ਸਿਰਫ ਇਤਨਾ ਹੀ, ਮੇਰੇ ਚਾਰ ਬੱਚੇ ਨਹੀਂ ਰਹੇ, ਹੋਰ ਕੁਛ ਵੀ ਨਾ ਲਿਖੋ।
ਬਾਕੀ ਨੁਕਤਾ ਨਿਗਾਹ ਅਸੀਂ ਲਵਾਂਗੇ, ਔਰੰਗਜ਼ੇਬ ਨਾਲ ਗੱਲ ਅਸੀਂ ਕਰਾਂਗੇ, ਬਾਦਸ਼ਾਹ ਸਲਾਮਤ ਨਾਲ ਗੱਲ ਅਸੀਂ ਕਰਾਂਗੇ। ਹੁਣ ਸਤਿਗੁਰ ਨੇ ਜਿਸ ਢੰਗ ਨਾਲ ਤਸਲੀਮ ਕੀਤਾ, ਬੜੇ ਧਿਆਨ ਨਾਲ ਸੁਣਨਾ। ਮਹਾਰਾਜ ਕਹਿੰਦੇ ਨੇ, ਸੰਗੇ ਬਦਗੋ ਗਰ ਅਗਰ ਕਾਸਾ ਏ ਜ਼ਰੀ ਸ਼ਿਕੰਦ। ਬੜੇ ਧਿਆਨ ਨਾਲ ਸੁਣਨਾ। ਜ਼ਰੀ ਕਹਿੰਦੇ ਨੇ ਸੋਨੇ ਨੂੰ, ਕਾਸਾ ਕਹਿੰਦੇ ਨੇ ਪਿਆਲੇ ਨੂੰ, ਸੰਗ ਕਹਿੰਦੇ ਨੇ ਪੱਥਰ ਨੂੰ। ਸੰਗ ਦਿਲ, ਇਹ ਤਾਂ ਪੱਥਰ ਦਿਲ ਹੈ। ਸੰਗ ਪੱਥਰ ਨੂੰ ਕਹਿੰਦੇ ਨੇ ਫਾਰਸੀ ਦੇ ਵਿੱਚ, ਕਾਸਾ ਪਿਆਲੇ ਨੂੰ ਕਹਿੰਦੇ ਨੇ, ਜ਼ਰੀ ਸੋਨੇ ਨੂੰ ਕਹਿੰਦੇ ਨੇ, ਸੀਵੀ ਚਾਂਦੀ ਨੂੰ ਕਹਿੰਦੇ ਨੇ। ਮਹਾਰਾਜ ਕਹਿੰਦੇ ਨੇ, ਸੰਗ ਏ ਬਦਗੋ ਗਰ ਅਗਰ ਕਾਸਾ ਏ ਜ਼ਰੀ ਸ਼ਿਕੰਦ। ਬਦ ਕਲਾਮ ਮਨੁੱਖ, ਦੁਸ਼ਟ ਮਨੁੱਖ ਇੱਕ ਵਜ਼ਨੀ ਪੱਥਰ ਚੁੱਕ ਕੇ ਸੋਨੇ ਦੇ ਪਿਆਲੇ ਨੂੰ ਤੋੜਨਾ ਚਾਹੇ, ਮਹਾਰਾਜ ਕਹਿੰਦੇ ਨੇ, ਮੈਂ ਕਬੂਲ ਕਰਦਾ, ਪਿਆਲਾ ਟੁੱਟ ਜਾਏਗਾ, ਪੱਥਰ ਨਹੀਂ ਟੁੱਟੇਗਾ, ਮੈਂ ਕਬੂਲ ਕਰਦਾ, ਮੈਂ ਮੰਨਦਾ। ਧਿਆਨ ਨਾਲ ਸੁਣਨਾ। ਸੰਗੇ ਬਦਗੋ ਗਰ ਅਗਰ ਕਾਸਾ ਏ ਜ਼ਰੀ ਸ਼ਿਕੰਦ। ਇੱਕ ਜ਼ਾਲਮ ਮਨੁੱਖ ਵਜ਼ਨੀ ਪੱਥਰ ਚੁੱਕ ਕੇ ਸੋਨੇ ਦੇ ਪਿਆਲੇ ਨੂੰ ਤੋੜਨਾ ਚਾਹੇ, ਮੈਂ ਮੰਨਦਾ, ਸੋਨੇ ਦਾ ਪਿਆਲਾ ਟੁੱਟ ਜਾਏਗਾ, ਪੱਥਰ ਨਹੀਂ ਟੁੱਟੇਗਾ। ਪਰ ਕੀਮਤ ਏ ਸੰਗ ਨੇ ਫਜ਼ਾਇਦ ਬਜ਼ਰ ਕਮ ਨਸ਼ੋਦ। ਔਰੰਗਜ਼ੇਬ ਅਤੇ ਉਹਦੇ ਅਹਿਲਕਾਰੋ, ਇੱਕ ਗੱਲ ਸੁਣ ਲਓ, ਟੁੱਟ ਕੇ ਵੀ ਸੋਨੇ ਦੇ ਪਿਆਲੇ ਦੀ ਕੀਮਤ ਕੋਈ ਘਟਣੀ ਨਹੀਂ, ਨਾ ਟੁੱਟ ਕੇ ਵੀ ਪੱਥਰ ਦੀ ਕੀਮਤ ਕੋਈ ਵਧਣੀ ਨਹੀਂ। ਟੁੱਟ ਕੇ ਵੀ ਇਤਿਹਾਸ ਮੇਰੇ ਬੱਚਿਆਂ ਨੂੰ ਸ਼ਹੀਦ ਆਖੇਗਾ, ਨਾ ਟੁੱਟ ਕੇ ਵੀ ਔਰੰਗਜ਼ੇਬ ਇਤਿਹਾਸ ਤੈਨੂੰ ਜ਼ਾਲਮ ਆਖੇਗਾ, ਤੈਨੂੰ ਜ਼ਾਲਮ। ਉਹਨਾਂ ਤਿੰਨ ਅਹਿਲਕਾਰਾਂ ਨੇ ਸਜਦਾ ਕੀਤਾ, ਕਿਹਾ ਰੂਹੇ ਜ਼ਮੀਨ ਦੇ ਵਿੱਚ ਪਹਿਲੀ ਦਫ਼ਾ ਇੱਕ ਐਸਾ ਔਲੀਆ ਦੇਖ ਰਿਹਾ ਜੋ ਬਿਲਕੁਲ ਅੱਲਾ ਦਾ ਹੀ ਰੂਪ ਹੈ, ਅੱਲਾ ਦਾ ਹੀ ਰੂਪ ਹੈ। ਸ਼ਾਇਦ ਆਪ ਨੂੰ ਪਤਾ ਹੋਵੇ, 52 ਕਵੀਆਂ ਦੇ ਵਿੱਚੋਂ ਕਵੀ ਜਮਾਲ ਹੁਸੈਨ ਵੀ ਸਨ। ਉਹਨਾਂ ਨੇ ਰੁਬਾਈ ਦੇ ਵਿੱਚ ਕਹਿ ਦਿੱਤਾ, ਤਜੱਲਾ ਤੇਰੀ ਜ਼ਾਤ ਕਾ ਸੂ ਬਸੂ ਹੈ, ਜਿਧਰ ਦੇਖਤਾ ਹੂੰ ਉਧਰ ਤੂੰ ਹੀ ਤੂੰ ਹੈ, ਦੀਦਾਰੇ ਖੁਦਾ ਗਰ ਨਹੀਂ ਜਿਸਨੇ ਦੇਖਾ, ਗੋਬਿੰਦ ਸਿੰਘ ਕੋ ਦੇਖੋ ਵਹੀ ਹੂ ਬਹੂ ਹੈ। ਜਮਾਲ ਹੁਸੈਨ ਤਾਂ ਇੱਥੇ ਤੱਕ ਕਹਿੰਦਾ। ਉਹਨਾਂ ਤਿੰਨ ਅਹਿਲਕਾਰਾਂ ਨੇ ਵੀ ਕਹਿ ਦਿੱਤਾ, ਤੁਸੀਂ ਐਸੇ ਔਲੀਆ ਹੋ, ਅੱਲਾ ਦੀ ਝਲਕ ਮਿਲਦੀ ਹੈ ਤੁਹਾਡੇ ਕੋਲੋਂ, ਅੱਲਾ ਦੀ ਝਲਕ ਮਿਲਦੀ ਹੈ। ਇਸ ਸੰਬੰਧ ਵਿੱਚ ਸਵਾਨੇ ਉਮਰੀ ਦੇ ਵਿੱਚ ਜੋ ਲਾਲਾ ਦੌਲਤ ਰਾਏ ਨੇ ਲਿਖਿਆ ਔਰ ਅਲਾ ਯਾਰ ਖਾਂ ਨੇ ਲਿਖਿਆ ਔਰ ਕਵੀ ਸੰਤੋਖ ਸਿੰਘ ਨੇ ਲਿਖਿਆ, ਇਹ ਮੈਂ ਬਾਕੀ ਹਾਜ਼ਰੀਆਂ ਦੇ ਵਿੱਚ ਤੁਹਾਡੇ ਸਾਹਮਣੇ ਜੋ ਹੈ ਸਪਸ਼ਟ ਕਰਨ ਦੀ ਕੋਸ਼ਿਸ਼ ਕਰਾਂਗਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਮਰ ਦੇਨ ਨੂੰ ਅਸੀਂ ਢੰਗ ਨਾਲ ਉਜਾਗਰ ਨਹੀਂ ਕਰ ਸਕੇ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਜੋ ਅਫਗਾਨਿਸਤਾਨ ਦਾ ਹਾਲ ਹੋਇਆ, ਤੁਰਕਮੇਨਿਸਤਾਨ, ਉਜ਼ਬੇਕਿਸਤਾਨ, ਈਰਾਨ ਦਾ ਹਾਲ ਹੋਇਆ, ਇਹੀ ਹਾਲ ਹਿੰਦੁਸਤਾਨ ਦਾ ਹੋਣਾ ਸੀ। ਇੱਥੇ ਵੀ ਇੱਕ ਰਹਿ ਜਾਣਾ ਸੀ, ਦੂਜੇ ਤੀਜੇ ਚੌਥੇ ਨਹੀਂ ਆਉਣੇ ਸਨ। ਕਵੀ ਸੰਤੋਖ ਸਿੰਘ ਜੀ ਦਾ ਛੰਦ ਸਰਵਨ ਕਰ ਲਓ, ਮੈਂ ਸਮਾਪਤੀ ਕਰਾਂ। ਉਹ ਕਹਿੰਦੇ ਨੇ, ਛਾਏ ਜਾਤੀ ਏਕਤਾ ਇੱਕੋ ਹੀ, ਜਿਵੇਂ ਅਫਗਾਨਿਸਤਾਨ ਵਿੱਚ ਤਮਾਮ ਹਿੰਦੂ ਨਿਕਲ ਆਏ, ਸਿੱਖ ਨਿਕਲ ਆਏ।
ਇਤਿਹਾਸਕ ਸਥਾਨ ਵੀ ਰਹਿ ਗਏ। ਇੱਕੋ ਹੀ ਦੂਜੇ ਨੂੰ ਬਰਦਾਸ਼ਤ ਹੀ ਨਹੀਂ ਕਰਨਾ, ਦੂਜੇ ਨੂੰ ਕਬੂਲ ਨਹੀਂ ਕਰਨਾ। ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਵਤ ਕੁਚੇਲਤਾ ਕਤੇ ਬਨ ਕੁਰਾਨ ਕੇ ਪਾਪ ਹੀ ਪਰਪਕ ਜਾਤੇ ਧਰਮ ਦਸਕ ਜਾਤੇ ਬਰਨ ਗਰਕ ਜਾਤੇ ਸਹਿਤ ਵਿਧਾਨ ਕੇ ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਵੇਦਨ ਪੁਰਾਨ ਕੇ। ਇਹ ਜੋ ਵੇਦਾਂ ਦੀ ਕਥਾ ਹੈ, ਰਾਮਾਇਣ ਦੀ ਕਥਾ ਹੈ, ਗੀਤਾ ਦੀ ਕਥਾ ਹੈ, ਇਹ ਦੇਵੀ ਦੇਵਤਾਵਾਂ ਦੇ ਜੋ ਗੀਤ ਨੇ, ਇਹ ਮੰਦਰ ਤੇ ਗੁੰਬਦ ਨੇ। ਦੇਵੀ ਦੇਵ ਦੇਵਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਵੇਦਨ ਪੁਰਾਨ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋਤੀ ਜੋਪੇ ਕਰਣਾ ਨਿਧਾਨ ਕੇ। ਇਹ ਬਖਸ਼ਿਸ਼ ਭਰੀ ਮੂਰਤੀ ਜੇ ਨਾ ਆਉਂਦੀ ਨਾ ਭਾਰਤ ਵਿੱਚ ਬੌਧ ਧਰਮ ਆਉਣਾ ਸੀ, ਨਾ ਜੈਨ ਧਰਮ, ਨਾ ਹਿੰਦੂ ਧਰਮ। ਇੱਕੋ ਹੀ ਚਾਹੇ ਜਾਤੀ ਏਕਤਾ, ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦੇਣ, ਉਹਨਾਂ ਦੀ ਬਖਸ਼ਿਸ਼ ਵੀ ਪਰਮਾਤਮਾ ਦੇ ਬਗੀਚੇ 'ਚ ਵੱਖ ਵੱਖ ਫੁੱਲ ਨੇ, ਇਹਨਾਂ ਨੂੰ ਖੜਨ ਦਿਓ, ਬਰਬਾਦ ਨਾ ਕਰੋ, ਇਹ ਸਭ ਫੁੱਲ ਨੇ। ਔਰ ਗੁਲਿਸਤਾਂ ਅਨੇਕਾਂ ਤਰ੍ਹਾਂ ਦੇ ਫੁੱਲਾਂ ਨਾਲ ਹੀ ਸ਼ੋਭਾ ਪਾਉਂਦਾ ਹੈ। ਪ੍ਰਭੂ ਦਾ ਸਜਾਇਆ ਹੋਇਆ ਬਗੀਚਾ ਹੈ, ਤੁਸੀਂ ਨੇਸਤੋ ਨਾਬੂਦ ਨਾ ਕਰੋ। ਇੱਕੋ ਹੀ ਫੁੱਲ ਰੱਖਣਾ, ਬਾਕੀਆਂ ਨੂੰ ਬਰਬਾਦ ਕਰਨਾ ਹੈ? ਮਹਾਰਾਜ ਕਹਿਣ ਲੱਗੇ ਮੈਂ ਨਹੀਂ ਹੋਣ ਦੇਣਾ, ਇਹ ਨਹੀਂ ਹੋਣਾ।